साधु संग सिखायो ना, साधु संग सिखायो ना, साधु संग सिखायो ना, साधु संग सिखायो ना, साधु संग सखायो नाम, साधु संग सखायो नाम, साधु संग सखायो नाम, ओ साधु संग सखायो नाम, साधु संग सखायो हर जस अगान, बोझ गई कृष्णा हर जस अगान, बोझ गई कृष्णा हर जस जस अगान, बोझ गई कृष्णा हर जस अगान, बोझ गई कृष्णा हर गई कृष्णा हर जस अगाने, बोझ गई कृष्णा हर जस अगाने, बोझ गई कृष्णा हर जस अगाने, जप जीवा सारंग पाने, जप जप जीवा सार सारंग पाने, जप जप जीवा सारंग पाने, जप जप जीवा सारंग पाने, करण करावन शरण परया, करण करावन शरण परया, कारण करावन शरण परया, कारण करावन शरण परया, कारण करावन शरण
शब्द पीवा जन को अमृत
वाहे गुरु वाहे गुरु वाहे गुरु वाहे गुरु
ਬੁਝ ਗਈ ਤ੍ਰਿਸ਼ਨਾ ਹਰ ਜਸ ਹੈਗਾਨੇ ਜਪ ਜਪ ਜੀਵਾ ਸਾਰੰਗ ਪਾਨੇ ਕਰਨ ਕਰਾਵਨ ਸਰਨ ਪਰਿਆ ਗੁਰਪ੍ਰਸਾਦ ਸਹਿਜ ਕਰ ਪਾਇਆ ਮਿਟਿਆ ਅੰਧੇਰਾ ਚੰਦ ਚੜਿਆ ਸਭ ਤੋਂ ਵੱਡਾ ਦੁੱਖ ਅੰਧੇਰੇ ਦਾ ਹੈ ਸਭ ਤੋਂ ਵੱਡਾ ਸੁੱਖ ਹੈ ਚਾਨਣ ਦਾ ਅੰਧੇਰਾ ਬਾਹਰਲਾ ਵੀ ਹੈ ਅਤੇ ਅੰਦਰਲਾ ਵੀ ਹੈ ਅੰਧੇਰਾ ਮਨ ਦਾ ਵੀ ਹੈ ਬਾਹਰਲਾ ਵੀ ਅੰਧੇਰਾ ਹੈ ਅਤੇ ਮਨ ਦਾ ਵੀ ਅੰਧੇਰਾ ਹੈ ਕਿਸੇ ਗੱਲ ਦਾ ਗਿਆਨ ਨਾ ਹੋਣਾ ਸਮਝ ਨਾ ਆਉਣੀ ਤਾਂ ਉਹ ਅੰਧੇਰਾ ਹੈ ਅਤੇ ਸਤਿਗੁਰੂ ਜੀ ਬਚਨ ਕਰਦੇ ਵੀ ਗੁਰੂ ਦੀ ਕਿਰਪਾ ਨਾਲ ਇਹ ਅੰਧੇਰਾ ਦੂਰ ਹੁੰਦਾ ਹੈ ਅੱਗੇ ਪਾਤਸ਼ਾਹ ਕਹਿੰਦੇ ਲਾਲ ਜਵੇਹਰ ਭਰੇ ਭੰਡਾਰ ਤੋਟ ਨਾ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੈ ਜਨ ਕੋਏ ਨਾਨਕ ਤਾਂ ਕੀ ਪਰਮਗਤ ਹੋਏ ਸਤਿਗੁਰੂ ਜੀ ਹਰ ਇੱਕ ਗੁਰਸਿੱਖ ਮਾਈ ਭਾਈ ਨੂੰ ਖੁਲਾਸਾ ਕਰਦੇ ਹਨ ਕਿਸੇ ਨੂੰ ਗੁੰਮਰਾਹ ਨਹੀਂ ਕਰਦੇ ਐਵੇਂ ਕਹੀ ਜਾਣਾ ਐਂ ਹੋ ਜਾਏਗਾ ਐਂ ਹੋ ਜਾਏਗਾ ਕਹਿੰਦੇ ਜਿਹੜਾ ਅੰਮ੍ਰਿਤ ਸ਼ਬਦ ਦਾ ਅੰਮ੍ਰਿਤ ਪੀਵੇਗਾ ਅੰਮ੍ਰਿਤ ਛਕੇਗਾ ਅੰਮ੍ਰਿਤ ਸ਼ਬਦ ਪੀਵੇ ਜਨ ਕੋਈ ਕੋਈ ਵੀ ਜਨ ਅਤੇ ਫਿਰ ਕਹਿੰਦੇ ਮੈਂ ਗਰੰਟੀ ਕਰਦਾ ਨਾਨਕ ਤਾਂ ਕਿ ਪਰਮਗਤ ਪਰਮ ਪਦਵੀ ਨੂੰ ਜਾਵੇਗਾ ਪਰ ਪਹਿਲਾ ਬਚਨ ਹੈ ਗੁੰਮਰਾਹ ਨਹੀਂ ਕੀਤਾ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ ਅਤੇ ਤੁਹਾਨੂੰ ਪਰਮ ਗਤੀ ਮਿਲੇਗੀ ਨਹੀਂ ਸਤਿਗੁਰੂ ਜੀ ਐਡੀ ਵੱਡੀ ਅਰਦਾਸ ਕਰਦੇ ਆ ਪਰ ਕਿਸੇ ਨੂੰ ਗੁੰਮਰਾਹ ਨਹੀਂ ਕਰਦੇ ਕਿਵੇਂ ਕਹਿੰਦੇ ਅੰਮ੍ਰਿਤ ਪੀਵੋ ਅਤੇ ਸਦਾ ਚਿਰ ਜੀਵੋ ਸਦਾ ਲਈ ਜਿਉਂਦੇ ਰਹੋ ਕਹਿੰਦੇ ਪਰ ਅੰਮ੍ਰਿਤ ਛਕੋ ਪਹਿਲਾਂ ਨਾਮ ਜਪੋ ਆਪਾਂ ਪਿਛਲੇ ਦਿਨਾਂ ਤੋਂ ਵਿਚਾਰ ਕਰਦੇ ਆਏ ਹਾਂ ਮੁੱਖ ਹੈ ਤਾਂ ਸਤਿਗੁਰੂ ਜੀ ਦੇ ਪਰਵਕਾਰ ਗਿਣਤੀ ਨਹੀਂ ਹੋ ਸਕਦੀ ਮਹਿਮਾ ਨਹੀਂ ਹੋ ਸਕਦੀ ਵੀ ਕਿੰਨੇ ਕੁ ਪਰਉਪਕਾਰ ਹਨ ਕਿੰਨੀ ਕੁ ਦੇਣ ਹੈ ਗੁਰੂ ਦੀ ਪਰ ਮੁੱਖ ਉਪਦੇਸ਼ ਜੋ ਸੇਵਾ ਅਤੇ ਨਾਮ ਜਿਸ ਕਰਕੇ ਬੰਦਾ ਦਰਗਾਹ ਨੂੰ ਜਾ ਸਕਦਾ ਜੰਮਣ ਮਰਨ ਤੋਂ ਰਹਿਤ ਹੋ ਸਕਦਾ ਜੋ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਇੰਨੀਆਂ ਤਕਲੀਫਾਂ ਦੇ ਹੁੰਦਿਆਂ ਸਰੀਰ ਕਰਕੇ ਦੁੱਖ ਹੁੰਦਿਆਂ ਗੱਲ ਕੀਤੀ ਹੈ ਨਾਮ ਦੀ ਤੇਰਾ ਕੀ ਆ ਮਿੱਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗ ਜੇ ਰੱਬ ਦਾ ਕੀਤਾ ਕਿਸੇ ਵੀ ਗੁਰਸਿੱਖ ਮਾਈ ਭਾਈ ਨੂੰ ਚੰਗਾ ਲੱਗੇਗਾ ਅਤੇ ਸਾਡੇ ਕੰਮ ਕੀਤੇ ਵੀ ਚੰਗੇ ਲੱਗਣਗੇ ਤਾਂਹੀਓ ਕਹਿੰਦੇ ਪ੍ਰਵਾਨ ਗਣੀ ਸਹੀ ਇਹ ਆਏ ਸਫਲ ਤਿੰਨਾਂ ਕੇ ਕੰਮ ਆ ਸਤਿਗੁਰੂ ਜੀ ਕਹਿੰਦੇ ਉਹ ਪ੍ਰਵਾਨ ਹੈ ਮਨਜ਼ੂਰ ਹੈ ਉਹਨਾਂ ਦੇ ਕੰਮ ਵੀ ਸਫਲ ਹਨ
ਕਿੰਨਾ ਦੇ ਜਿਨ੍ਹਾਂ ਨੇ ਵਾਹਿਗੁਰੂ ਦਾ ਕੀਤਾ ਹੋਇਆ ਮਿੱਠਾ ਚੰਗਾ ਮੰਨਿਆ ਹੈ, ਚੰਗਾ ਮੰਨਿਆ ਹੋਇਆ। ਤਾਂ ਆਪਾਂ ਇਹ ਵਿਚਾਰ ਕਰਦੇ ਆਏ ਹਾਂ, ਸਤਿਗੁਰਾਂ ਨੇ ਹੋਰ ਵੀ ਬੜੇ ਪਰਉਪਕਾਰ ਕੀਤੇ, ਆਪਾਂ ਜਸ ਕਰਨਾ, ਹਾਜ਼ਰੀਆਂ ਭਰਨੀਆਂ। ਮੁੱਖ ਜਿਹੜਾ ਉਪਦੇਸ਼ ਹੈ, ਕਿਤੇ ਬਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹੇ ਨਾਮ ਸੰਤੋਖੀ ਹੈ ਉਤਰੈ ਮਨ ਕੀ ਭੁੱਖ। ਸਾਨੂੰ ਭੁੱਖ ਤੋਂ ਰਹਿਤ ਕਰਦੇ ਹਨ ਸਤਿਗੁਰੂ ਜੀ, ਨਾਮ ਜਪ ਕੇ ਭੁੱਖ ਤੋਂ ਰਹਿਤ ਬੰਦਾ ਹੋ ਸਕਦਾ ਹੈ। ਅਤੇ ਜਾਂ ਸਤਿਗੁਰੂ ਜੀ ਕਹਿੰਦੇ, ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹਿ ਨਾ ਕਾਈ। ਜਾਂ ਗੁਰੂ ਦੀ ਪਾਰ ਬ੍ਰਹਮ ਦੀ ਸੇਵਾ ਕਰਕੇ ਫਿਰ ਬੰਦਾ ਭੁੱਖ ਤੋਂ ਰਹਿਤ ਹੋ ਸਕਦਾ ਹੈ। ਦੋ ਗੱਲਾਂ ਨੂੰ ਆਪਾਂ ਮੁੱਖ ਰੱਖਦੇ ਹਾਂ, ਵਿਚਾਰ ਸੋਮਵਾਰ ਤੱਕ ਸ਼ੁਰੂ ਰੱਖਣੀ ਹੈ। ਜਿੱਥੇ ਗੱਲ ਨਾਮ ਦੀ ਹੈ, ਕੋਈ ਸ਼ਬਦ ਪੜ੍ਹੋ, ਆ ਸ਼ਬਦ 'ਚ ਪਹਿਲਾਂ ਕਿਹਾ ਕਿ ਸਾਧੂ ਸੰਗ ਸਿਖਾਇਓ ਨਾਮ। ਸਾਧੂ ਦੀ ਸੰਗਤ ਵਿੱਚੋਂ ਸਿੱਖਿਆ ਮਿਲਦੀ ਹੀ ਨਾਮ ਦੀ ਹੈ, ਨਾਮ ਮਿਲਦਾ ਹੈ, ਨਾਮ ਜਪਣਾ ਸਿਖਾਇਆ ਜਾਂਦਾ, ਨਾਮ ਜਪਣਾ ਸਿੱਖਣਾ ਵੀ ਪੈਂਦਾ ਹੈ ਵੀ ਕਿਵੇਂ ਨਾਮ ਜਪਣਾ ਹੈ। ਪਿਆਰ ਨਾਲ ਜਪਣਾ ਅਤੇ ਭਰੋਸੇ ਨਾਲ ਜਪਣਾ। ਬੇਸ਼ੱਕ ਨਾਨਕਸਰ ਵਿੱਚ ਬਾਣੀ ਦਾ ਕੀਰਤਨ ਜ਼ਿਆਦਾ ਹੁੰਦਾ ਸੀ, ਪਰ ਕਦੇ ਕਦੇ ਬਾਬਾ ਜੀ ਕਹਿ ਕੇ ਇੱਕ ਦੋ ਧਾਰਨਾ ਜ਼ਰੂਰ ਪੜ੍ਹਾਉਂਦੇ ਸਨ, ਜਾਂ ਭੋਗ ਦੇ ਸ਼ਬਦ ਪੜ੍ਹੀ ਜਾਂਦੇ ਸੀ। ਹਰ ਜੀ ਆਪਦੇ ਮੰਦਰ ਵਿੱਚ ਆਏ, ਲੱਗ ਰਹੀਆਂ ਫੁੱਲ ਝੜੀਆਂ, ਹੋ ਰਹੀ ਹੈ ਤੇਰੀ ਜੈ ਜੈਕਾਰ। ਆਮ ਜਿਹੜਾ ਸਿੱਖੀ ਦਾ ਪ੍ਰਚਾਰ ਹੈ ਸਿੱਧੀਆਂ ਧਾਰਨਾ ਨਾਲ, ਬਾਬਾ ਅਤਰ ਸਿੰਘ ਮਹਾਰਾਜ ਨੇ ਕਰਿਆ ਬਹੁਤ ਜ਼ਿਆਦਾ, ਰਾੜਾ ਸਾਹਿਬ ਵਾਲੇ ਬਾਬਾ ਜੀ ਬਾਬਾ ਈਸ਼ਰ ਸਿੰਘ ਮਹਾਰਾਜ, ਜਿਨ੍ਹਾਂ ਨੇ ਇੱਥੇ ਆ ਕੇ ਵੀ ਸਿੱਧੀਆਂ ਧਾਰਨਾ ਨਾਲ ਬਹੁਤ ਸਾਰੇ ਮਾਈ ਭਾਈ ਨੇ ਸਰਵਨ ਕੀਤੇ ਹਨ। ਦੀਵਾਨ ਜੋ ਅਖੀਰਲੇ ਦੀਵਾਨ ਇਸੇ ਜਗ੍ਹਾ 'ਤੇ ਸੀ ਜਿੱਥੇ ਹੁਣ ਡਿਉੜੀ ਬਣਦੀ ਹੈ, ਇੱਕ ਵਾਰੀ ਆਪਾਂ ਵੀ ਕਿਰਾਏ 'ਤੇ ਲੈ ਕੇ, ਇੱਕ ਦੀਵਾਨ ਮੈਨੂੰ ਪਤਾ ਦਾਸ ਨੂੰ ਯਾਦ ਹੈ ਕਰਿਆ ਸੀ, ਇੱਕ ਵਾਰੀ 13 ਦੀਵਾਨ ਇੱਥੇ ਹੀ ਕੀਤੇ ਸਿੱਧੀਆਂ ਧਾਰਨਾ ਨਾਲ, ਅਤੇ ਕਿੰਨੇ ਮਾਈ ਭਾਈ ਨੂੰ ਗੁਰੂ ਨਾਲ ਜੋੜਿਆ ਇਸ ਜਗ੍ਹਾ ਅਖੀਰਲੇ ਦੀਵਾਨ। ਊਂ ਤਾਂ ਪਹਿਲਾਂ ਵੀ ਜਗ੍ਹਾ ਆ ਗਈ ਸੀ ਇਸ ਹਾਲ ਵਿੱਚ, ਪਰ ਇਸ ਵੇਲੇ ਪੂਰਾ ਉਹ ਹਾਲ ਜਿਹੜਾ ਇੱਥੇ ਸਭ ਮਾਈ ਭਾਈ ਜਿਉਂਦੇ ਜਾਗਦੇ ਸੁੱਖ ਨਾਲ, ਸਭ ਨੂੰ ਪਤਾ ਵੀ ਕਿੰਨਾ ਸਮਾਂ ਆਪਾਂ ਉੱਥੇ ਹਾਲ ਵਿੱਚ ਕੀਰਤਨ ਕੀਤਾ ਨਾਨਕਸਰ ਦੇ ਨਾਂ 'ਤੇ ਜਗ੍ਹਾ ਲੈ ਕੇ। ਅਤੇ ਹੁਣ ਇਸ ਵੇਲੇ ਬਿਲਕੁਲ ਪੂਰੇ ਹਾਲ ਵਾਲੀ ਜਗ੍ਹਾ 'ਤੇ 2-3 ਫੁੱਟ ਤਾਂ ਅੱਗੇ ਵੀ ਆ ਗਿਆ ਸੀ ਉਹ ਹਾਲ ਜਿੱਥੇ ਦੀਵਾਨ ਲੱਗਦੇ ਸੀ, ਹੁਣ ਉਹ ਪੂਰਾ ਹਾਲ ਜਿੱਥੇ ਹਾਲ ਸੀ ਬਾਬਾ ਜੀ ਦੇ ਦੀਵਾਨ ਸੀ, ਉਹ ਉੱਥੇ ਹੁਣ ਡਿਉੜੀ ਬਣ ਰਹੀ ਹੈ ਤੁਹਾਡੇ ਸਾਹਮਣੇ। ਅਤੇ ਬਾਬਾ ਜੀ ਕਦੇ ਕਦੇ ਸਿੱਧੀਆਂ ਧਾਰਨਾ ਨਾਮ ਦਾ ਉਪਦੇਸ਼ ਕਰਦੇ ਹਾਂ, ਜਿਨ੍ਹਾਂ ਨੇ ਦਰਸ਼ਨ ਮੇਲੇ ਕੀਤੇ ਆ ਬਾਬਾ ਜੀ ਕਹਿੰਦੇ ਸਨ ਵੱਡੇ ਭਾਈ ਜਿਹਦੇ ਪੱਲੇ ਨਾਮ ਉਹਦੇ ਪੱਲੇ ਸਭ ਕੁਛ ਹੈ। ਪੇਂਡੂ ਲੋਕ ਸਨ ਜ਼ਿਆਦੇ, ਪਿੰਡਾਂ ਦੀ ਸੰਗਤ ਆਉਂਦੀ ਸੀ, ਫਿਰ ਪੇਂਡੂ ਬਚਨ ਕਰਦੇ ਸਨ ਭਾਈ ਜਿਨ੍ਹਾਂ ਦੇ ਪੱਲੇ ਨਾਮ ਨਹੀਂ ਤਾਂ ਦੱਸਦੇ ਵੱਡੇ ਬਾਬਾ ਜੀ ਕਹਿੰਦੇ ਸਨ ਉਹਨਾਂ ਦੇ ਪੱਲੇ ਕਾਣੀ ਕੌਡੀ ਵੀ ਨਹੀਂ। ਤਾਂ ਕਦੇ ਕਦੇ ਸੁੱਚਾ ਸਨਾਂ ਨੂੰ ਕਹਿ ਕੇ ਧਾਰਨਾ ਬਾਬਾ ਜੀ ਸੁਣਦੇ ਸਨ ਕਿਹੜੀ, ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ, ਫੇਰ ਵੇਲਾ ਆਓ ਪੜ੍ਹ ਲਈਏ, ਗੱਜ ਵੱਜ ਕੇ ਬੋਲਿਓ। ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀਏ, ਫੇਰ ਵੇਲਾ ਜਾਊਗਾ।
मेरे प्यारे मेरे प्यारे वाह 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 फिर वेला बीत जाऊ वाह 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 फिर वेला बीत जाऊगा वाह 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 ਸਰਵਣ ਕਰਦੇ ਸਨ ਪਰ ਇਹ ਧਾਰਨਾ ਵੀ ਵਿਆਖਿਆ ਹੈ ਕੋਈ ਕੱਚੀ ਬਾਣੀ ਨਹੀਂ ਤਾਂ ਨਾਮ ਜਪ ਕੇ ਹੀ ਬੰਦਾ ਦੀ ਭੁੱਖ ਦੂਰ ਹੋ ਸਕਦੀ ਹੈ ਪਰ ਨਾਲ ਜ਼ਰੂਰੀ ਸੇਵਾ ਵੀ ਕਰਨੀ ਹੈ ਅਤੇ ਨਾਮ ਵੀ ਜਪਣਾ ਅਤੇ ਪਰ ਜਪਣਾ ਭਰੋਸੇ ਨਾਲ ਕੱਲ੍ਹ ਬੇਨਤੀ ਕੀਤੀ ਸੀ ਵੀ ਧਰੂੰ ਅਤੇ ਪ੍ਰਹਲਾਦ ਦਾ ਜ਼ਿਕਰ ਕੀਤਾ ਅਤੇ ਤਾਂ ਸਤਿਗੁਰਾਂ ਨੇ ਕਬੀਰ ਸਾਹਿਬ ਨੂੰ ਕਹਿਣਾ ਪਿਆ ਰਾਮ ਜਪੋ ਜੀ ਐਸੇ ਐਸੇ ਇੱਕ ਵਾਰੀ ਕਹਿ ਸਕਦੇ ਸਨ ਦੋ ਵਾਰੀ ਕਿਹਾ ਵੀ ਦੋ ਭਗਤਾਂ ਦਾ ਜ਼ਿਕਰ ਕਰਨਾ ਧਰੂੰ ਅਤੇ ਪ੍ਰਹਲਾਦ ਬਾਰੇ ਦੱਸਣਾ ਅਤੇ ਐਸੇ ਐਸੇ ਦੋ ਵਾਰੀ ਕਿਹਾ ਭਰੋਸੇ ਨਾਲ ਜਪਣਾ ਸਾਖੀਆਂ ਤੋਂ ਥੋੜ੍ਹੇ ਸਿੱਖਿਆ ਮਿਲਦੀ ਹੈ ਪਰ ਬਾਣੀ ਤੋਂ ਉੱਪਰ ਤਾਂ ਕੋਈ ਸਾਖੀ ਹੋਰ ਹੈ ਨਹੀਂ ਪੰਡਿਤ ਆ ਗਿਆ ਸਤਿਗੁਰੂ ਜੀ ਦੇ ਦਰਬਾਰ ਵਿੱਚ ਮਹਾਰਾਜ ਬਹੁਤ ਵਿੱਦਿਆ ਪ੍ਰਾਪਤ ਕੀਤੀ ਹੈ ਕੋਈ ਕਥਾ ਸੁਣਦਾ ਨਹੀਂ ਅਤੇ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਸਾਨੂੰ ਸੁਣਾਇਆ ਕਰ ਕਥਾ ਸੁਣਾਉਂਦਾ ਹੈ ਵੇਦਾਂ ਸ਼ਾਸਤਰਾਂ ਦੀ ਕੋਈ ਮਾੜੀ ਗੱਲ ਨਹੀਂ ਪਰ ਗੱਲ ਗੁਰਮਤ ਦੀ ਹੈ ਅਤੇ ਕਥਾ ਸੁਣਾਉਂਦਾ ਰਿਹਾ ਮਾਇਆ ਸਤਿਕਾਰ ਗੁਰੂ ਨਾਨਕ ਦੇ ਘਰ ਵਿੱਚ ਤਾਂ ਹੈ ਹੀ ਜਦੋਂ ਤੋਂ ਪਾਤਸ਼ਾਹ ਨੇ ਸ਼ੁਰੂ ਕੀਤਾ ਮਾਰਗ ਅੱਜ ਤੱਕ ਕਿਸੇ ਗੱਲ ਦੀ ਜਿਹੜਾ ਕੋਈ ਜਸ ਕਰਦਾ ਹੈ ਉਹਨੂੰ ਕੋਈ ਕਮੀ ਨਹੀਂ ਰਹਿੰਦੀ ਮੈਨੂੰ ਪੂਰਾ ਯਾਦ ਹੈ ਬਾਬਾ ਜੀ ਦਾ ਬਚਨ ਭਾਈ ਬਹਾਦਰ ਸਿੰਘ ਜਲੰਧਰ ਵਾਲੇ ਬਰਨਾਲੇ ਨੌਕਰੀ ਕਰਦੇ ਸੀ 70 ਰੁਪਈਏ ਤਨਖਾਹ ਮਿਲਦੀ ਸੀ ਜਥੇ ਦੇ ਪਰਿਵਾਰ ਸਮੇਤ ਬੜਾ ਔਖਾ ਗੁਜ਼ਾਰਾ ਹੁੰਦਾ ਸੀ ਔਖਾ ਝੋਲਣੀ ਬਾਬਾ ਜੀ ਜਦੋਂ ਰਹੇ 7 ਸਾਲ ਉੱਥੇ ਹਾਜ਼ਰੀ ਭਰਨ ਲੱਗੇ ਬੇਨਤੀ ਕੀਤੀ ਬਾਬਾ ਜੀ ਕਹਿੰਦੇ ਭਾਈ ਸਾਹਿਬ ਰਾਗਾ ਸਿਆਂ ਤੂੰ ਕੀਰਤਨ ਗੁਰੂ ਨਾਨਕ ਨੂੰ ਸੁਣਾਇਆ ਕਰ ਕਿਉਂਕਿ ਗੁਰੂ ਨਾਨਕ ਦੀ ਖੁਰਾਕ ਕੀਰਤਨ ਹੈ ਜਨਕੀ ਭੁੱਖ ਤੇਰਾ ਨਾਮ ਆਧਾਰ ਤੂੰ ਗੁਰੂ ਨਾਨਕ ਨੂੰ ਕੀਰਤਨ ਸੁਣਾਇਆ ਕਰ ਅਤੇ ਤੇਰੀ ਰੋਜੀ ਦਾ ਰੋਟੀ ਦਾ ਫਿਕਰ ਗੁਰੂ ਨਾਨਕ ਹੀ ਕਰੇਗਾ ਬਸ ਉਹ ਬਚਨ ਪੱਲੇ ਬੰਨਿਆ ਅਤੇ ਕੋਠੀਆਂ ਕਾਰਾਂ
ਜਿਹੜੇ ਮੌਕੇ ਆਮ ਗੱਡੀਆਂ ਨਹੀਂ ਸੀ ਆਉਂਦੀਆਂ, ਉਦੋਂ ਕਾਰਾਂ ਸੀ ਭਾਈ ਸਾਹਿਬ ਕੋਲ, ਉਦੋਂ ਬਹੁਤ ਘੱਟ ਕਿਸੇ ਕੋਲ ਕਾਰ ਸੀ। ਮੈਨੂੰ ਯਾਦ ਹੈ ਜਦੋਂ ਬਾਬਾ ਜੀ ਠਹਿਰੇ ਸੀ 25 ਦਿਨ ਨੂੰ ਆਦਰਸ਼ ਨਗਰ ਦੀਵਾਨ ਲੱਗੇ, ਕਈ ਵਾਰੀ ਉਹਨਾਂ ਦੀ ਕਾਰ ਵਿੱਚ ਅਸੀਂ ਆਉਂਦੇ ਰਹੇ ਦੀਵਾਨ ਵਿੱਚ ਭਾਈ ਸਾਹਿਬ ਲੈ ਕੇ ਆਉਂਦੇ। ਉਦੋਂ ਆਮ ਕਾਰਾਂ ਨਹੀਂ ਸੀ ਹੁੰਦੀਆਂ। ਤਾਂ ਮੇਰਾ ਕਹਿਣ ਦਾ ਭਾਵ, ਪੰਡਿਤ ਨੇ ਬੜਾ ਸਤਿਕਾਰ ਮਾਣ ਹੋਇਆ, ਆਗਿਆ ਮੰਗੀ ਜਾਣ ਦੀ, ਪਰਿਵਾਰ ਨੂੰ ਮਿਲਣਾ, ਕੁਛ ਗ੍ਰੰਥ ਹੋਰ ਲੈ ਕੇ ਆਉਣੇ। ਸਤਿਗੁਰੂ ਜੀ ਕਹਿੰਦੇ ਚੰਗਾ ਭਾਈ ਜਦੋਂ ਮਰਜ਼ੀ ਆਏ, ਤਾਂ ਗੁਰੂ ਨਾਨਕ ਦਾ ਘਰ ਹੈ, ਗੁਰਮੁਖ ਆਏ ਜਾਏ ਨਿਸੰਗ। ਜੋਤਿਸ਼ ਵਿੱਦਿਆ ਜਾਣਦਾ ਸੀ, ਟਾਈਮ ਟੇਬਲ ਸੈੱਟ ਕਰਕੇ ਆਗਿਆ ਲਈ, ਅਤੇ ਜਦੋਂ ਜਾਣ ਲੱਗਾ ਤਾਂ ਗਧਾ ਹਿੰਗਿਆ, ਮੂਹਰੋਂ ਗਧਾ ਮਿਲਿਆ, ਆਵਾਜ਼ ਦਿੱਤੀ, ਜਾਨਵਰ ਬੋਲਦੇ ਆ ਸਾਰੇ, ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ। ਮੁੜਿਆ ਆਇਆ, ਪੁੱਛਿਆ ਸਤਿਗੁਰਾਂ ਨੇ ਜੀ, ਇੱਕ ਸ਼ਗਨ ਹੋ ਗਿਆ। ਪਾਤਸ਼ਾਹ ਕਹਿੰਦੇ ਭਾਈ ਹੁਣ ਤੇਰੀ ਕਥਾ ਦੀ ਸਾਨੂੰ ਲੋੜ ਹੀ ਨਹੀਂ। ਆਪ ਵਿਚਾਰ ਕਰਦੇ ਸੀ ਵੀ ਹਰਿਮੰਦਰ ਸਾਹਿਬ ਵਿੱਚ ਪ੍ਰਕਮਿਆਂ ਵਿੱਚ ਬੜੀਆਂ ਮੂਰਤੀਆਂ ਰੱਖੀਆਂ ਗਈਆਂ ਸੀ। ਸਤਿਗੁਰੂ ਜੀ ਤਾਂ ਕਿਸੇ ਗੱਲ ਦਾ ਸਤਿਕਾਰ ਕਰਦੇ ਸੀ, ਕਿਸੇ ਗੱਲ ਦਾ ਕਰਦੇ ਸੀ ਨਾ, ਮਨਮਤ ਦਾ ਨਹੀਂ ਸੀ ਕਰਦੇ। ਵੀ ਤੈਨੂੰ ਬਚਨਾਂ 'ਤੇ ਜਾਂ ਆਪਣੀ ਵਿੱਦਿਆ 'ਤੇ ਭਰੋਸਾ ਨਹੀਂ ਤਾਂ ਤੂੰ ਸਾਨੂੰ ਕਥਾ ਸੁਣਾ ਕੇ ਕੀ ਕਰੇਗਾ, ਜੇ ਤੇਰਾ ਹੀ ਭਰੋਸਾ ਨਹੀਂ। ਕੋਈ ਗੱਲ ਭਰੋਸੇ ਦੀ ਹੈ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ, ਭੁੱਲ ਹੈ ਚੁੱਕ ਹੈ ਬਾਰਕ ਤੂੰ ਹਰ ਪਿਤਾ ਮਾਇਆ, ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸਰਨਾਈ। ਨਵੇਂ ਪਾਤਸ਼ਾਹ ਕਹਿੰਦੇ ਲੋੜ ਨਹੀਂ ਤੇਰੀ ਕਥਾ ਦੀ। ਅਤੇ ਅਸੀਂ ਇਹ ਗੱਲਾਂ ਨੂੰ ਸਮਝਦੇ ਨਹੀਂ ਵੀ ਗੁਰੂ ਸਾਹਿਬ ਸਤਿਕਾਰ ਕਰਦੇ ਸੀ ਪੰਡਿਤਾਂ ਦਾ, ਅੱਜ ਵੀ ਹੋ ਰਿਹਾ, ਕੋਈ ਮਾੜੀ ਗੱਲ ਥੋੜ੍ਹਾ, ਪਰ ਗੁਰਮਤੀਏ ਹੈ ਜਿਹੜੇ, ਗੁਰਮਤੀਏ ਉਹਨਾਂ ਦਾ ਸਤਿਕਾਰ ਆ, ਮਨਮਤੀਆਂ ਦਾ ਸਤਿਕਾਰ ਨਹੀਂ। ਜਿਹੜੇ ਮਨ ਮਗਰ ਲੱਗਦੇ ਆ, ਗੁਰੂ ਮਗਰ ਨਹੀਂ ਲੱਗਦੇ, ਉਹਨਾਂ ਦਾ ਸਤਿਕਾਰ ਆ। ਕਹਿੰਦੇ ਹੁਣ ਸਾਨੂੰ ਲੋੜ ਹੀ ਨਹੀਂ ਤੇਰੀ ਕਥਾ, ਜੇ ਤੈਨੂੰ ਭਰੋਸਾ ਹੀ ਨਹੀਂ ਆਪਣੀ ਵਿੱਦਿਆ 'ਤੇ ਸਾਡੇ ਬਚਨਾਂ 'ਤੇ, ਤੂੰ ਤਾਂ ਗਧੇ ਦਾ ਹੁਕਮ ਮੰਨਦਾ, ਪਸ਼ੂਆਂ ਦਾ ਹੁਕਮ ਮੰਨਦਾ, ਅਤੇ ਹੁਕਮ ਮੰਨਣਾ ਆਪਾਂ ਗੁਰੂ ਦਾ। ਤਾਂ ਮੇਰਾ ਕਹਿਣ ਦਾ ਭਾਵ, ਅਤੇ ਸਿੱਖ ਨੂੰ ਹੁਕਮ ਹੋਇਆ ਅਤੇ ਸਿੱਖ ਤੁਰ ਪਿਆ। ਜਾ ਸਿੱਖਾ ਪ੍ਰਾਣ ਸੰਗਲੀ ਪੋਥੀ ਸੰਗਲਾ ਦੀਪ ਤੋਂ ਲੈ ਕੇ ਆਉਣੀ ਹੈ, ਜਿਹਦੇ 'ਚ ਗੁਰੂ ਨਾਨਕ ਸਾਹਿਬ ਨੇ ਸ਼ਿਵਨਾਭ ਦੇ ਰਾਜੇ ਦੇ ਸਵਾਲ ਜਵਾਬ ਹੈ। ਅਤੇ ਹੁਣ ਸਮਾਂ ਕਲਯੁੱਗ ਦਾ ਹੈ, ਵਕਤ ਕਲਯੁੱਗ ਦਾ ਹੈ, ਇਹਨਾਂ ਗੱਲਾਂ ਵਿੱਚ ਲੋਕ ਪੈ ਕੇ ਰੱਬ ਦੇ ਨਾਮ ਤੋਂ ਭੁੱਲ ਜਾਣਗੇ। ਜੇ ਕੋਈ ਪੜ੍ਹਨਗੇ ਤਾਂ ਆਪਾਂ ਨਰੋਲ ਨਾਮ ਜਪਾਉਣਾ, ਜੋ ਪੰਜਵੇਂ ਪਾਤਸ਼ਾਹ ਨੇ ਕਿਹਾ, ਹੇ ਵਾਹਿਗੁਰੂ ਤੇਰਾ ਕੀ ਆ ਮਿੱਠਾ ਲਾਗਾ, ਹਰ ਨਾਮ ਪਦਾਰਥ ਨਾਨਕ ਮੰਗ। ਜਾ ਸਿੱਖਾ ਉਹ ਲਿਆ ਪੋਥੀ, ਤੁਰ ਪਿਆ ਅਤੇ ਹੈਰਾਨ ਹੋ ਗਿਆ ਇਹ ਗੱਲ ਭਰੋਸੇ ਦੀ। ਦੂਜੇ ਟਾਪੂ ਜਾਣਾ, ਨਾ ਕੋਈ ਨਾ ਖਰਚਾ, ਨਾ ਕੋਈ ਰਾਹ ਰਸਤਾ, ਕੋਈ ਹੋਰ ਗੱਲ ਕੋਈ ਪੁੱਛੀ ਨਹੀਂ। ਤਾਂ ਪੰਜਵੇਂ ਪਾਤਸ਼ਾਹ ਕਹਿੰਦੇ ਪੰਡਤਾ ਜੇ ਤੂੰ ਪੁੱਛਣਾ ਤਾਂ ਸਿੱਖ ਨੂੰ ਜਾ ਕੇ ਪੁੱਛ ਲਾ। ਵੀ ਕਿਉਂ ਨਹੀਂ ਪੁੱਛਿਆ, ਚਲਿਆ ਗਿਆ ਮਗਰ, ਸਿੱਖਾ ਤੈਨੂੰ ਹੁਕਮ ਕੀਤਾ ਅਤੇ ਤੂੰ ਮੱਥਾ ਟੇਕ ਕੇ ਤੁਰ ਪਿਆ, ਰਸਤਾ ਕੋਈ ਖਰਚਾ ਕੋਈ ਐਡਰੈਸ ਅਤੇ ਤੂੰ ਕੋਈ ਪੁੱਛਿਆ ਨਹੀਂ। ਅਤੇ ਸਿੱਖ ਨੇ ਬੜੇ ਪਿਆਰ ਨਾਲ ਕਿਹਾ, ਪੰਡਿਤ ਜੀ ਜੇ ਮੈਂ ਰਸਤਾ ਭੁੱਲਾਂਗਾ, ਜਦੋਂ ਗੁਰੂ ਮੇਰੇ ਨਾਲ ਹੈ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਅਤੇ ਸਿਮਰ ਸਿਮਰ ਤਿਸ ਸਦਾ ਸੰਭਾਲੇ, ਜਦੋਂ ਮੈਂ ਰਾਹ ਭੁੱਲਾਂਗਾ ਤਾਂ ਗੁਰੂ ਤੋਂ ਪੁੱਛ ਲਾਂਗਾ। ਖਾਣ ਪੀਣ ਦੀ ਜੇ ਲੋੜ ਪਈ ਕਹਿਆ ਕਰਨਾ, ਦਿੱਤਾ ਲੈਣਾ ਗਰੀਬਾਂ ਨਾਥਾਂ ਤੇਰਾ ਮਾਣੋ, ਉਹ ਵੀ ਮੈਂ ਆਪਣੇ ਗੁਰੂ ਤੋਂ ਮੰਗਾਂਗਾ। ਜਦੋਂ ਨਾਲ ਹੀ ਗੁਰੂ ਮੇਰੇ ਹੈਗਾ ਤਾਂ ਫਿਰ ਰਾਹ ਕੀ ਪੁੱਛਣਾ, ਜਦੋਂ ਗੁਰੂ ਨਾਲ ਹੈ। ਜੇ ਕਿਤੇ ਭੁੱਲ ਵੀ ਜਾਵਾਂਗਾ ਤਾਂ ਗੁਰੂ ਤਾਂ ਆਪ ਕਹਿੰਦੇ ਭੁੱਲੇ ਸਿੱਖ ਗੁਰੂ ਸਮਝਾਏ, ਔਜੜ ਜਾਂਦੇ ਮਾਰਗ ਪਾਏ। ਗੁਰੂ ਤਾਂ ਰਾਹ ਹੀ ਦੱਸਣ ਵਾਸਤੇ ਆਏ, ਹੋਰ ਕਿਹੜਾ ਕੰਮ ਕਰਨਾ ਆ। ਰਾਹ ਹੀ ਦੱਸਿਆ ਨਾ, ਗੁਰਪ੍ਰਸਾਦ ਸਹਿਜ ਕਰ ਪਾਇਆ ਅਤੇ ਮਿਟਿਆ ਅੰਧੇਰਾ ਚੰਦ ਚੜਿਆ।
ਅੰਧੇਰੇ ਵਿੱਚ ਦੁਨੀਆ ਪਈ ਹੋਈ, ਅਸੀਂ ਜੀਵ ਅੰਧੇਰੇ 'ਚ ਫਿਰਦਿਆਂ ਨਾਮ ਨਹੀਂ ਜਪਦੇ, ਸੇਵਾ ਨਹੀਂ ਕਰਦੇ। ਇਹ ਅੰਧੇਰਾ ਦੂਰ ਕਰਨ ਵਾਸਤੇ ਪਾਤਸ਼ਾਹ ਆਏ। ਅਤੇ ਜਦੋਂ ਸਿੱਖ ਨੇ ਭਰੋਸੇ ਵਾਲੇ ਬਚਨ ਸੁਣਾਏ ਨਾ, ਬਾਬਾ ਜੀ ਕਹਿੰਦੇ ਭਾਈ ਭਰੋਸੇ ਵਾਲਿਆਂ ਦੀ ਕਰਿਆ ਕਰੋ ਸੰਗਤ। ਬੜਾ ਖਾਸ ਕਹਿੰਦੇ ਸਨ, ਜਿਹੜੇ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਰੱਖਦੇ ਹੈ, ਬਾਬਾ ਜੀ ਨੇ ਕਹਿਣਾ ਉਹਨਾਂ ਦੀ ਕਰਿਆ ਕਰੋ ਸੰਗਤ, ਦੂਜਿਆਂ ਤੋਂ ਕਰਿਆ ਕਰੋ ਕਿਨਾਰਾ ਬੇਸਦਕਿਆਂ ਤੋਂ। ਬੇਸਦਕਿਆਂ ਨੂੰ ਮਿਲਾਂਗੇ ਸਾਡਾ ਸਿਦਕ ਟੁੱਟ ਜਾਂਦਾ, ਸਿਦਕ ਵਾਲਿਆਂ ਨੂੰ ਮਿਲਾਂਗੇ ਅਤੇ ਸਿਦਕ ਵਿੱਚ ਵਾਧਾ ਹੁੰਦਾ। ਇਹ ਖਾਸ ਬਾਬਾ ਜੀ ਕਹਿੰਦੇ ਭਾਈ ਭਰੋਸੇ ਵਾਲਿਆਂ ਦੀ, ਪਿਆਰ ਵਾਲਿਆਂ ਦੀ, ਜੁੜਿਆਂ ਦੀ ਕਰਿਆ ਕਰੋ ਸੰਗਤ। ਜਦੋਂ ਪਿਆਰ ਦੇ ਬਚਨ ਸੁਣੇ, ਭਰੋਸੇ ਵਾਲੇ ਬਚਨ ਸੁਣੇ, ਤਾਂ ਇਹਦਾ ਅੰਧੇਰਾ ਦੂਰ ਹੋ ਗਿਆ। ਵੀ ਤੂੰ ਗਧਾ ਬੋਲਿਆ, ਜਾਨਵਰ ਬੋਲਦੇ ਹੀ ਹੈ, ਸਾਰਾ 84 ਲੱਖ ਜੋਨ ਹੀ ਬੋਲਦਾ ਆਪੋ ਆਪਣੀ ਆਵਾਜ਼ਾਂ 'ਚ, ਕੌਣ ਨਹੀਂ ਬੋਲਦਾ। ਅਤੇ ਤੂੰ ਉਹਦੀ ਆਵਾਜ਼ ਸੁਣ ਕੇ ਮੁੜਿਆ ਹੈ, ਮਨਾ ਕਿੱਡੀ ਭਾਰੀ ਗਲਤੀ, ਗੁਰੂ ਅਰਜਨ ਸਾਹਿਬ ਤੋਂ ਆਗਿਆ ਲੈ ਕੇ ਅਤੇ ਫਿਰ ਪਸ਼ੂਆਂ ਦੇ ਹੁਕਮ ਮੰਨਣੇ, ਐਸਾ ਬਾਬਾ ਜੀ ਨੇ ਹੋਰ ਵੀ ਕਹਿਣਾ, ਕਿਉਂਕਿ ਬਚਨ ਤਾਂ ਸੱਚੇ ਹੁੰਦੇ, ਪਰ ਸੱਚੇ ਬਚਨ ਤਾਂ ਹੁਣ ਉਹੀ ਕਹਿ ਸਕਦੇ ਜਿਹੜੇ ਆਪ ਸੱਚੇ ਆ। ਕਹਿੰਦੇ ਪੀਰ ਪੈਸਾ ਇਸਤਰੀ ਗੁਰੂ, ਜਿੱਧਰ ਹੱਥ ਕਰੇ ਅਤੇ ਪਿੱਛੇ ਲੱਗ ਕੇ ਤੁਰੂ। ਇਹ ਬਾਬਾ ਜੀ ਬਚਨ ਕਰਦੇ ਸੀ, ਪੀਰ ਪੈਸਾ ਇਸਤਰੀ ਗੁਰੂ। ਅਤੇ ਉਹ ਬੁੜੀਆਂ ਦੇ ਆ, ਇਹ ਨਹੀਂ ਵੀ ਕੋਈ ਬੀਬੀਆਂ ਮਾੜੀਆਂ ਨਹੀਂ, ਜੇ ਆਪਾਂ ਬੀਬੀ ਕਹੇ ਜੀ ਮੈਂ ਤਾਂ ਕਿਸੇ ਪਾਰਟੀ 'ਤੇ ਜਾਣਾ ਅਤੇ ਗੁਰਦੁਆਰੇ ਨਹੀਂ ਜਾਣਾ, ਅਤੇ ਜੇ ਤੁਰ ਗਏ ਤਾਂ ਫਿਰ ਬੀਬੀ ਦੇ ਪਿੱਛੇ ਲੱਗੇ ਨਾ, ਗੁਰੂ ਦੇ ਪਿੱਛੇ ਥੋੜ੍ਹਾ ਲੱਗੇ ਹਾਂ। ਇਹ ਨਹੀਂ, ਬੀਬੀਆਂ ਜੋੜਨ ਵਾਲੀਆਂ ਵੀ ਹੈਗੀਆਂ ਘਰ ਵਾਲਿਆਂ ਨੂੰ, ਅਤੇ ਕਈ ਤੋੜਨ ਵਾਲੀ, ਆਪਾਂ ਦੇਖਣਾ ਤੋੜਦਾ ਕਿਹੜਾ। ਬਸ ਸਿੱਧੀ ਗੱਲ, ਨਾ ਕਿਸੇ ਬੀਬੀ ਨੂੰ ਬੁਰਾ ਕਹਿੰਦੇ ਅਤੇ ਨਾ ਕਿਸੇ ਬੰਦੇ ਨੂੰ ਬੁਰਾ ਕਹਿੰਦੇ, ਜਿਹੜਾ ਤੋੜਦਾ ਹੈ। ਬਾਬਾ ਜੀ ਕਹਿੰਦੇ ਸਨ ਭਾਈ ਮਾਇਆ ਕੋਈ ਪੈਸੇ ਦਾ ਨਾਮ ਨਹੀਂ, ਕੋਈ ਇਸਤਰੀ ਦਾ ਨਾਮ ਨਹੀਂ, ਮਾਇਆ ਤਾਂ ਭੁਲੇਖੇ ਦਾ ਨਾਮ ਹੈ। ਜਿਹੜਾ ਗੁਰੂ ਜੇ ਪੁੱਤ ਤੋੜਦਾ ਤਾਂ ਮਾਇਆ ਹੈ, ਜੇ ਕੋਈ ਭਰਾ ਮਾਤਾ ਪਿਤਾ ਕੋਈ ਵੀ ਤੋੜਦਾ ਉਹੀ ਮਾਇਆ, ਜਿਹੜਾ ਜੋੜਦਾ ਮਾਇਆ ਕੋਈ ਨਹੀਂ। ਆਪਾਂ ਸਮਝ ਪੈਸਾ ਤਾਂ ਕੋਈ ਬੀਬੀਆਂ ਹੀ ਮਾਇਆ ਹੈ, ਨਹੀਂ ਨਹੀਂ ਭਾਈ, ਜਿਹੜਾ ਤੋੜਦਾ ਹੈ ਭੁਲੇਖੇ, ਜਿਹੜਾ ਭੁਲੇਖਾ ਪਾਉਂਦਾ ਉਹ ਮਾਇਆ, ਜਿਹੜਾ ਸਾਡਾ ਭੁਲੇਖਾ ਦੂਰ ਕਰਦਾ। ਅਤੇ ਮਿਟਿਆ ਅੰਧੇਰਾ ਅਤੇ ਚੰਦ ਚੜਿਆ। ਤਾਂ ਭਰੋਸਾ ਚਰਨਾ ਅਤੇ ਸਿੱਖ ਦੇ ਮੱਥਾ ਟੇਕਣ ਲੱਗਿਆ। ਕਹਿੰਦੇ ਪੰਡਤਾ ਮੇਰੇ ਪੈਰਾਂ 'ਤੇ ਮੱਥਾ ਨਹੀਂ ਟੇਕਣਾ, ਇਹ ਸਾਰੀਆਂ ਦਾਤਾਂ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਂ ਨਾ ਜਾਣੈ ਮੇਰਾ। ਪੰਡਤ ਜੇ ਇਹ ਦਾਤ ਸਿਦਕ ਭਰੋਸੇ ਵਾਲੀ ਲੈਣੀ ਆ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ 'ਤੇ ਜਾ ਕੇ ਡਿੱਗ ਪਾ। ਇਹ ਸਾਰੀਆਂ ਦਾਤਾਂ ਗੁਰੂ ਦੇ ਚਰਨਾਂ ਵਿੱਚੋਂ ਮਿਲਦੀਆਂ ਭਾਈ। ਤਾਂ ਸਤਿਗੁਰੂ ਜੀ ਨੇ ਭਾਈ ਸਾਨੂੰ ਨਾਮ ਅਤੇ ਸੇਵਾ ਨਾਲ ਜੋੜਿਆ, ਜੁੜੀਏ ਸੇਵਾ ਨਾਲ ਅਤੇ ਨਾਮ ਨਾਲ, ਫਿਰ ਭੁੱਖ ਦੂਰ ਹੋਵੇਗੀ। ਅਤੇ ਭੁੱਖੇ ਦਾ ਨਾਮ ਹੀ ਭਿਖਾਰੀ ਹੈ, ਭੁੱਖੇ ਦਾ ਨਾਮ ਹੀ ਮੰਗਤਾ ਹੈ। ਗੁਰੂ ਸਾਨੂੰ ਸਾਡੀ ਭੁੱਖ ਦੂਰ ਕਰਦਾ ਹੈ। ਅਤੇ ਭਾਈ ਜਿਨ੍ਹਾਂ ਨੇ ਗੁਰੂ ਦਾ ਬਚਨ ਮੰਨਿਆ, ਅਤੇ ਪਾਤਸ਼ਾਹ ਕਹਿੰਦੇ ਜਿੰਨੀ ਗੁਰੂ ਮਨਾਇਆ ਰੱਜ ਰੱਜ ਸੇਈ ਖਾਹੇ। ਆਓ ਆਪਾਂ ਯਤਨ ਕਰੀਏ ਬਾਣੀ, ਬੇਸ਼ੱਕ ਉਹ ਸਰੀਰ ਜਿਸ ਸਰੀਰ ਨਾਲ ਦੁੱਖ ਸਹਾਰੇ ਹਨ ਪਾਤਸ਼ਾਹ ਨੇ, ਉਹ ਤਾਂ ਨਹੀਂ ਹਾਜ਼ਰ, ਹੁਣ ਸ਼ਬਦ ਰੂਪੀ ਸਰੀਰ ਸਾਡੇ ਕੋਲ ਹੈ। ਉਸ ਮੌਕੇ ਵੀ ਉਪਦੇਸ਼ ਕੀਤਾ ਹੈ, ਬਾਣੀ ਵੀ ਸਰੀਰ ਕਰਕੇ ਉਚਾਰਨ ਕੀਤੀ ਹੈ, ਇਹ ਆਪਣੇ ਕੋਲ ਸਰੀਰ ਸਦਾ ਲਈ ਰਹਿੰਦੀ ਦੁਨੀਆ ਤੱਕ ਮੌਜੂਦ ਰਹੇਗਾ, ਅਤੇ ਇਹਦੇ ਆਪਾਂ ਲੜ ਲੱਗੀਏ। ਜੋ ਹੁਣ ਸਰੀਰ ਰੂਪੀ ਸ਼ਬਦ ਰੂਪੀ ਸਰੀਰ ਸਾਨੂੰ ਉਪਦੇਸ਼ ਕਰਦਾ ਹੈ ਨਾ, ਉਸ 'ਤੇ ਅਮਲ ਕਰੀਏ ਭਾਈ। ਲਾਲ ਜਵੇਹਰ ਭਰੇ ਭੰਡਾਰ, ਪਰ ਕਿੰਨਾ ਵਕਤ ਕਹਿੰਦੇ ਤੋਟ ਨਾ ਆਵੇ ਜਪ ਨਿਰੰਕਾਰ। ਗੁਰੂ ਨਾਨਕ ਦੇ ਘਰ ਵਿੱਚ ਕਿਸੇ ਗੱਲ ਦੀ ਕਮੀ ਨਹੀਂ ਪਾਈ, ਪਰ ਕਿੰਨਾ ਨੂੰ ਤੋਟਾ ਨਹੀਂ ਆਉਂਦਾ ਜਿਹੜੇ ਜਪਦੇ ਹੈ ਵਾਹਿਗੁਰੂ ਦਾ ਨਾਮ। ਨਾਮ ਜਪਦੇ ਲਾਲ ਜਵੇਹਰ ਭਰੇ ਭੰਡਾਰ, ਤੋਟ ਨਾ ਆਵੇ ਜਪ ਨਿਰੰਕਾਰ, ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਅਤੇ ਨਾਨਕ ਤਾਂ ਕੀ ਪਰਮਗਤ ਹੋਏ।
ਬਾਬਾ ਜੀ ਨੇ ਮੁੱਖ ਗੱਲ ਹੀ ਇਹ ਕਿ ਭਾਈ ਜੋ ਵੀ ਗੁਰੂ ਨਾਨਕ ਦੇ ਘਰ ਵਿੱਚ ਨਾਮ ਲੇਵਾ ਪੁੰਨਿਆਂ ਨੂੰ ਆਉਂਦਾ ਹੈ ਦਰਗਾਹੀ ਪ੍ਰਸ਼ਾਦ ਦੀਆਂ ਝੋਲੀਆਂ ਭਰ ਕੇ ਜਾਓ। ਭਾਵ ਨਾਮ ਨਾਮ ਜਪੋ ਅਬ ਕੱਲੂ, ਇਹ ਸ਼ਬਦ ਪੜ੍ਹ ਕੇ ਸ਼ੁਰੂ ਇੱਥੋਂ ਕੀਤੀ ਹੈ ਪੁੰਨਿਆ। ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਫਿਰ ਕਿਹੜਾ ਸਮਾਂ ਭਾਈ, ਨਾ ਸੇਵਾ ਬੰਦਾ ਕਰ ਸਕਦਾ ਜਦੋਂ ਬੁਢੇਪਾ ਆ ਜਾਂਦਾ, ਨਾ ਨਾਮ ਜਪ ਸਕਦਾ ਹੈ ਜਦੋਂ ਸਰੀਰ ਜਵਾਬ ਦੇ ਦਿੰਦਾ। ਹੁਣ ਆਪਾਂ ਦੇਖਦੇ ਹਾਂ ਕਈ ਬਜ਼ੁਰਗ ਜਿਨ੍ਹਾਂ ਦਾ ਸਰੀਰ ਢਿੱਲੇ ਹੋ ਗਏ ਅਤੇ ਉਹਨਾਂ ਨੂੰ ਉੱਪਰਲੀਆਂ ਪੌੜੀਆਂ ਚੜ੍ਹਨੇ ਹੀ ਔਖੀਆਂ ਹੋਈਆਂ ਪਈਆਂ। ਅੰਦਰ ਭਾਵਨਾ ਹੈ ਪਰ ਸਰੀਰ ਕਰਕੇ ਘੌਲ ਕਰਕੇ ਉਹ ਥੱਲੇ ਮੁੜ ਜਾਂਦੇ ਹੈ ਨਾ। ਆ ਹੀ ਮੌਕਾ ਹੈ ਨਾ ਹੁਣ ਉਮਰ ਦਾ, ਜਵਾਨੀ ਉਮਰ ਦਾ। ਇਹ ਉਮਰ 'ਚ ਚਲੋ ਬਚਪਨ 'ਚ ਚੱਲਿਆ ਗਿਆ ਬੁਢੇਪਾ, ਜਵਾਨ ਵਸਤਾ ਹੈ ਜਿਹਦੇ ਵਿੱਚ ਬੰਦਾ ਨਾਮ ਜਪ ਸਕਦਾ ਅਤੇ ਸੇਵਾ ਵੀ ਕਰ ਸਕਦਾ। ਭਾਈ ਆਓ ਸਤਿਗੁਰਾਂ ਦੀ ਕਿਰਪਾ ਨਾਲ, ਬਾਬਾ ਜੀ ਦੀ ਮਿਹਰ ਨਾਲ ਨਾਮ ਦੇ ਸੇਵਾ ਦੇ ਕੁੰਭ ਲੱਗੇ ਹੋਏ ਆ ਅਤੇ ਸੇਵਾ ਕਰ ਲਓ ਭਾਈ। ਡਿਉੜੀ ਸਾਹਿਬ ਦੀ ਡਿਉੜੀ ਰਾਹੀਂ ਆਪਾਂ ਦਰਸ਼ਨ ਮੇਲੇ ਸਤਿਗੁਰਾਂ ਦੇ ਕਰਨੇ ਆ ਅਤੇ ਸਤਿਗੁਰਾਂ ਨੇ ਵੀ ਕੱਲ੍ਹ ਸੇਵਾ ਦਾ ਜ਼ਿਕਰ ਕੀਤਾ ਸੀ, ਕੌਡੀ ਦੇ ਬਦਲੇ ਦੋਹਾਂ ਲੋਕਾਂ ਦੀਆਂ ਦਾਤਾਂ ਦੇ ਦਿੱਤੀਆਂ ਸਿੱਖ ਨੂੰ। ਡਿਉੜੀ ਦੀ ਸੇਵਾ, ਗੁਰੂ ਘਰ ਦੀ ਸੇਵਾ ਨਾਲ ਸਤਿਗੁਰੂ ਜੀ ਨੇ ਬਾਣੀ ਦੁਆਰਾ ਕਹਿ ਤਾ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗ ਹੈ ਬੈਸਣ ਪਾਈ। ਇਹ ਹੁਣ ਮੌਕਾ ਭਾਈ, ਸਮਾਂ ਹੈ, ਸੰਭਾਲੀਏ। ਉਸੇ ਨੂੰ ਕਹਿ ਤਾ ਵਖਤ ਵਿਚਾਰੇ ਸੋ ਬੰਦਾ ਹੋਏ। ਇਹ ਨਹੀਂ ਵੀ ਮੇਰਾ ਕੀਰਤਨ 6 ਵਜੇ ਜਾਂ 7:30 ਉੱਥੇ, ਉਹ ਵੀ ਟਾਈਮ ਹੈ, ਪਰ ਸਾਰਾ ਜੀਵਨ ਦਾ ਵਖਤ ਸੰਭਾਲੋ। ਜੀਵਨ ਦਾ ਆ ਸਾਰਾ ਜੀਵਨ ਨਾਮ ਜਪਣ ਦਾ ਹੀ ਟਾਈਮ ਹੈ, ਸੇਵਾ ਕਰਨ ਦਾ ਹੀ ਟਾਈਮ ਹੈ। ਗੁਰੂ ਮਹਾਂਪੁਰਖ ਕੋਈ ਰੋਕਦੇ ਨਹੀਂ। ਬਾਬਾ ਜੀ ਨੇ ਕਹਿਣਾ ਭਾਈ ਦਿਨੇ ਕਰੋ ਵਿਹਾਰ, ਕੰਮ ਕਾਰ ਕਰੋ, ਸੁਬਹਾ ਸ਼ਾਮ ਹਾਜ਼ਰੀ ਭਰੋ ਗੁਰੂ ਦਰਬਾਰ ਦੀ, ਅਤੇ ਸਮਾਂ ਮਿਲੇ ਭਲੇ ਪੁਰਖਾਂ ਦੀ ਕਰਿਆ ਕਰੋ ਸੰਗਤ। ਇਹ ਹਰ ਰੋਜ਼ ਦੇ ਬਚਨ ਸੀ ਬਾਬਾ ਜੀ ਦੇ, ਭਲੇ ਪੁਰਸ਼ਾਂ ਦੀ ਕਰੋ ਸੰਗਤ। ਭਲੇ ਪੁਰਸ਼ ਕਿਹੜੇ? ਜਿਹੜੇ ਸਾਨੂੰ ਗੁਰੂ ਗ੍ਰੰਥ ਸਾਹਿਬ ਆਪ ਜੁੜੇ ਅਤੇ ਸਾਨੂੰ ਜੋੜਦੇ ਹੋਣ। ਕੰਮ ਕਾਰ ਨਹੀਂ ਕਦੇ ਬਾਬਾ ਜੀ ਨੇ ਰੋਕਿਆ ਭਾਈ, ਕੰਮ ਤਾਂ ਸਕਾ ਉਸ ਤੋਂ ਜ਼ਿਆਦਾ ਹੋ ਜਾਂਦਾ ਜੇ ਬੰਦਾ ਜੁੜਿਆ ਹੋਵੇ। ਕੰਮ ਕਾਰ ਗੁਰੂ ਸਾਹਿਬ ਨੇ ਗੁਰਮਤੀਏ ਮਹਾਂਪੁਰਖਾਂ ਨੇ ਕਿਸੇ ਮਾਈ ਭਾਈ ਨੂੰ ਨਹੀਂ ਰੋਕਿਆ। ਕਹਿੰਦੇ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ, ਇਹ ਤਾਂ ਮੁੱਖ ਉਪਦੇਸ਼ ਹੈ ਗੁਰੂ ਨਾਨਕ ਸਾਹਿਬ ਦਾ। ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਅੱਗੇ ਵਧਾਇਆ, ਉਸ ਨੂੰ ਅੱਗੇ ਚਲਾਇਆ। ਇਉਂ ਸੇਵਾ ਅਤੇ ਸਿਮਰਨ ਵੀ ਕਰੀਏ ਅਤੇ ਕੰਮ ਕਾਰ ਵੀ ਕਰੀਏ ਅਤੇ ਫਿਰ ਸਤਿਗੁਰੂ ਜੀ ਬਾਬਾ ਜੀ ਦਾ ਬਚਨ ਹੈ ਪਾਤਸ਼ਾਹ ਦਾ, ਇਹ ਲੋਕ ਸੁਖੀਏ ਪਰ ਲੋਕ ਸਹੇਲੇ ਅਤੇ ਨਾਨਕ ਹਰਿ ਪ੍ਰਭੁ ਆਪੇ ਮਿਲੇ। ਆਓ ਧਾਰਨਾ ਪੜ੍ਹ ਕੇ ਫਿਰ ਆਪਾਂ ਅਨੰਦ ਸਾਹਿਬ ਦਾ ਪਾਠ ਕਰੀਏ। ਸੇਵਾ ਕਰ ਲੈ ਰੁਮਾਣੀ ਜਿੰਦੇ ਮੇ ਫਿਰ ਵੇਲਾ ਪੀ
ਕਲੀ ਮਹਲਾ ਤੀਜਾ ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਜੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਬੋਲਣਾ ਜੀ ਸ੍ਰੀ ਵਾਹਿਗੁਰੂ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਏ ਸ੍ਰੀ ਹਰਕ੍ਰਿਸ਼ਨ ਧਿਆਈਐ ਜਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਆਉਣ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀ ਧਰ ਪਿਤਾ ਸਭ ਥਾਈ ਹੋ ਜੀ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਦਰਕੇ ਖਾਲਸਾ ਜੀ ਸਾਧ ਸਿੰਘ ਸਾਹਿਬ ਬੋਲਣਾ ਜੀ ਸ੍ਰੀ
ਦਸ ਪਾਤਸ਼ਾਹੀਆਂ ਦੀ ਜਗਦੀ ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰਾ ਹਜ਼ੂਰ ਜਹਰ ਹਜ਼ੂਰ ਸਭ ਕਲਾ ਭਰਪੂਰ ਕਲ ਜੁਕੇ ਬੋਹਿਤ ਨਾਮ ਬਾਣੀ ਕੇ ਜਹਾਜ਼ ਹਲ ਪਲਤ ਕੇ ਰੱਖਿਅਕ ਲੋਕ ਪ੍ਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਤਨਾ ਕੇ ਪਾਠ ਦਰਸ਼ਨ ਦਾਰ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧਸੰਗ ਸਾਹਿਬ ਬੋਲਣਾ ਜੀ ਸ੍ਰੀ ਦਸ ਪਾਤਸ਼ਾਹੀਆਂ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਅੱਠੀਆਂ ਜੱਪੀਆਂ ਤੱਪੀਆਂ ਸਮੂਹ ਸਿਦਕਵਾਨਾਂ ਸ਼ਹੀਦਾਂ ਸਿੰਘਾਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਧਸੰਗ ਸਾਹਿਬ ਬੋਲਣਾ ਜੀ ਸ੍ਰੀ ਸਮੂਹ ਗੁਰਤਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਮੁਗਿਆਂ ਨਿਸ਼ਾਨਾਂ ਸਰੋਵਰਾਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਧਸੰਗ ਸਾਹਿਬ ਬੋਲਣਾ ਜੀ ਸ੍ਰੀ ਹੇ ਅਕਾਲ ਪੁਰਖ ਅੰਤਰਜਾਮੀ ਸ਼੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਮਿਹਰਬਾਨ ਬਾਬਾ ਜੀ ਦਾਸਾਂ ਸਿਰ ਹੱਥ ਰੱਖੋ ਕਾਮ ਕ੍ਰੋਲ ਮਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਤਿਕ ਦਾਨ ਭਰੋਸਾ ਦਾਨ ਸ਼ਾਂਤੀ ਬਖਸ਼ੋ ਤੁਹਾਡੇ ਚਰਨਾਂ ਨਾਲ ਬਣਾਵੇ ਕੇਸਾਂ ਸਵਾਸਾਂ ਨਾਲ ਸਿੱਖੀ ਬਖਸ਼ੋ ਪ੍ਰੇਮਾ ਭਗਤੀ ਬਖਸ਼ੋ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਕਿਆ ਮਦੇਸਾਂ ਦੁਸ਼ਟ ਚੋਰ ਗੁਣੇ ਹੈ ਗਾਰ ਹੋ ਲੂਣ ਹਰਾਮੀ ਪਹਨ ਨਾਮ ਨਾ ਪਾਰ ਗਰਾਮੀ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਔਗੁਣ ਹਮਾਰੇ ਦਇਆ ਕਰੋ ਕਸ਼ਮੀਰ ਪਾਓ ਡੁੱਬਦੇ ਪੱਥਰ ਤਾਰੇ ਕੂ ਭਰਿਓ ਜੈਸੇ ਦਾਦਰਾ ਕਸ਼ ਦੇਸ ਵਿਦੇਸ਼ ਨਾ ਬੋ ਜੈਸੇ ਮੇਰਾ ਮਨ ਵਿਖਿਆ ਬੇ ਹੋਇਆ ਕਿਸ਼ਾਰਾ ਪਰਨਾ ਸੋਚ ਵਾਹ ਵਾਹ ਨਿਰੰਕਾਰ ਨਾ ਵਿਸਰੀ ਨਾ ਵਿਸਾਰੀ ਨਾ ਭੁੱਲੀ ਨਾ ਭੁਲਾਈ ਆਪਦਿਆਂ ਨੂੰ ਆਪਦੇ ਕਰੀ ਸਿਰ ਤੇ ਹੱਥ ਰੱਖੀ ਸਮਤ ਬਖਸ਼ੀ ਆਪਦੇ ਦਰਕਾਰ ਦੀ ਸੁਤ ਬਖਸ਼ੀ ਹੇ ਮਹਾਰਾਜ ਜੋ ਕੀਤਾ ਸਵਾਹ ਵਾਹ ਜੋ ਕਰੋਗੇ ਸਵਾਹ ਵਾਹ ਜੋ ਇਸ ਵੇਲੇ ਬੈਠੇ ਕਰ ਕਰਾਰਿਓ ਸੋ ਭੀ ਵਾਹ 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 ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਸ਼ਾਮਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਕਥਾ ਕੀਰਤਨ ਜੀ ਕੀ ਅਰਦਾਸ ਅੱਖਰ ਲੱਕਨਾਥ ਭੁਲਚੁਕ ਮੁਆਫ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬੱਤ ਲਾਇਬੰਦ ਹੋਣ ਇਸ ਵੇਲੇ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਅੰਮ੍ਰਿਤ ਕੜਾ ਪ੍ਰਸ਼ਾਦ ਥਲਾ ਸੱਚ ਕੇ ਹਾਜ਼ਰ ਹੈ ਆਪ ਜੀ ਭੋਗ ਲਾਓ ਸੀਤ ਪ੍ਰਸ਼ਾਦ ਸੰਗਤ ਨੂੰ ਬਖਸ਼ੋ ਹੋਰ ਜਿਨ੍ਹਾਂ ਗੁਰਮੁਖਾਂ ਨੇ ਆਪ ਜੀ ਦੇ ਚਰਨ ਪਰਸੇ ਸਭ ਦੀਆਂ ਹਾਜ਼ਰੀਆਂ ਤਲਫੁਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਹਰ ਤਰ੍ਹਾਂ ਕਰਕੇ ਰਹਿਮਤਾਂ ਕਰਨੀਆਂ ਸੱਚੇ ਪਾਤਸ਼ਾਹ ਜੀ ਉਹ ਕਰੋ ਕਿਰਪਾ ਇਸ ਵੇਲੇ ਆਪ ਜੀ ਦਰ 'ਤੇ ਜੋ ਜੀ ਆਵੇ ਸੋ ਆਪ ਜੀ ਦੀਆਂ ਮਿਹਰਾਂ ਸਤਿਕਾਰਾਂ ਜੀ ਜਾਵੇ ਸੁੱਖ ਹੋਵੇ ਨਾਮ ਚਿਤਾਵੇ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਜਾ ਕਾ ਹਿਰਦਾ ਸ਼ੁੱਧ ਹੈ ਖੋ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰੇ ਉਤਾਰਨ ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰੇ ਉਤਾਰਨ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਪੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੁਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਉ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਧਾਨ ਦਿਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਿਨਾਸੀ ਤਾਂ ਕਉ ਬਿਘਨ ਨ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਵਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪੁਜਾਈ
ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਇਸ਼ ਪੁਜਾਈ ਨਾਨਕ ਦਾਸ ਤਾਂ ਕਹਿ ਬਲਿਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਧ ਸੰਗਤ ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਸ਼ਾਮਾ ਦੀਵਾਨ ਸਜੇ ਨੇ ਉਦੋਂ ਉਪਰਾਲਾ ਬਖਸ਼ਿਆ ਸਮੂਹ ਸਾਧ ਸੰਗਤ ਨੂੰ ਜੋ ਦਰਬਾਰ ਵਿੱਚ ਆ ਕੇ ਗੁਰੂ ਜੀ ਸਰਵਨ ਕਰਦੇ ਨੇ ਸਤਿਕਾਰਯੋਗ ਬਾਬਾ ਜੀ ਗੁਰਮਤਿ ਵਿਚਾਰਾਂ ਕੀਰਤਨ ਅਤੇ ਸਾਹਿਬਾਂ ਦੇ ਪਾਏ ਹੋਏ ਉਪਦੇਸ਼ ਸਰਵਨ ਕਰਾ ਰਹੇ ਨੇ ਉਹਨਾਂ ਦੀ ਬਾਤ ਉਹਨਾਂ ਦੀ ਬਾਣੀ ਸਾਰ ਸੁਣਾ ਰਹੇ ਨੇ ਜਿਨ੍ਹਾਂ ਨੇ ਭਰੋਸਾ ਕੀਤਾ ਜਿਨ੍ਹਾਂ ਨੇ ਯਕੀਨ ਕੀਤਾ ਜਿਨ੍ਹਾਂ ਗੁਰੂ 'ਤੇ ਭਰੋਸਾ ਕਰ ਲਿਆ ਅਤੇ ਗੱਲ ਸਿਰਫ ਭਰੋਸੇ ਦੀ ਹੈ ਜਿਨ੍ਹਾਂ ਨੇ ਭਰੋਸਾ ਕੀਤਾ ਉਹਨਾਂ ਨੇ ਅਟਕ ਦਰਿਆ ਵੀ ਰੋਕ ਦਿੱਤੇ ਅਰਦਾਸ ਕੀਤੀ ਅਕਾਲੀ ਫੂਲਾ ਸਿੰਘ ਜੀ ਨੇ ਅਟਕ ਦਰਿਆ ਚੜ੍ਹਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਕਹਿੰਦਾ ਹੈ ਹਾਲੇ ਤੋਪਖਾਨਾ ਪਿੱਛੇ ਹੈ ਅਕਾਲੀ ਜੀ ਕਹਿੰਦੇ ਨਹੀਂ ਅਰਦਾਸ ਹੋ ਚੁੱਕੀ ਹੈ ਗੁਰੂ ਦੇ ਚਰਨਾਂ ਦੇ ਵਿੱਚ ਹੁਣ ਅਟਕਣਾ ਨਹੀਂ ਅਤੇ ਇਤਿਹਾਸ ਹੈ ਕਿ ਅਟਕ ਦਰਿਆ ਵੀ ਨੀਵਾਂ ਹੋ ਗਿਆ ਗੱਲ ਭਰੋਸੇ ਦੀ ਸੀ ਉਹਨਾਂ ਨੂੰ ਪਾਣੀ ਵੀ ਰਾਹ ਦੇ ਦਿੰਦਾ ਸੋ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਆ ਕਰਨ ਸਾਨੂੰ ਵੀ ਯਕੀਨ ਆ ਜਾਵੇ ਭਰੋਸਾ ਆ ਜਾਵੇ ਉਹਨਾਂ ਦੇ ਚਰਨਾਂ ਦਾ ਤਾਂ ਕਿ ਅਸੀਂ ਵੀ ਆਪਣਾ ਜਨਮ ਸਫਲਾ ਕਰ ਸਕੀਏ ਜੋ ਪ੍ਰੋਗਰਾਮ ਸਤਿਗੁਰੂ ਨੇ ਬਖਸ਼ਿਸ਼ ਕਰਕੇ ਆਪ ਬਣਵਾਏ ਨੇ ਸਤਿਕਾਰਯੋਗ ਬਾਬਾ ਜੀ ਪੂਰਨਮਾਸ਼ੀ ਤੱਕ ਸੋਮਵਾਰ ਦੀ ਪੂਰਨਮਾਸ਼ੀ ਹੈ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਹੋਣੇ ਨੇ ਭੋਗ ਪੈਣੇ ਨੇ ਸੋਮਵਾਰ ਨੂੰ ਸੁਬਾਹ ਸ਼ਾਮ ਇਸੇ ਤਰ੍ਹਾਂ ਅੰਮ੍ਰਿਤ ਦੀਆਂ ਚੜੀਆਂ ਲਾਉਂਦੇ ਨੇ ਅਤੇ ਨਾਲ ਹੀ ਸੰਤ ਬਾਬਾ ਦਵਿੰਦਰ ਸਿੰਘ ਜੀ ਉਹ ਵੀ ਐਤਵਾਰ ਸੋਮਵਾਰ ਅਤੇ ਮੰਗਲਵਾਰ ਤਿੰਨ ਦਿਨ ਉਹਨਾਂ ਵੀ ਆ ਕੇ ਦਰਬਾਰ ਵਿੱਚ ਹਾਜ਼ਰੀਆਂ ਭਰਨੀਆਂ ਨੇ ਥੋੜ੍ਹੇ ਸਮੇਂ ਵਾਸਤੇ ਆਏ ਨੇ ਇੰਗਲੈਂਡ ਦੀ ਧਰਤੀ 'ਤੇ ਅਤੇ ਤਿੰਨ ਦੀਵਾਨ ਉਹਨਾਂ ਨੇ ਦਿੱਤੇ ਨੇ ਸੋ ਸਤਿਕਾਰਯੋਗ ਬਾਬਾ ਜੀ ਵੀ ਕੀਰਤਨ ਕਰਨਗੇ ਕਿਉਂਕਿ ਛੁੱਟੀਆਂ ਦੇ ਵੀ ਸਮੇਂ ਨੇ ਅਤੇ ਜੇ ਲੋਕ ਖੁਸ਼ੀਆਂ ਮਨਾਉਂਦੇ ਨੇ ਆ ਗੋਲਡਨ ਜੁਬਲੀ ਹੈ ਅਤੇ ਆਪਾਂ ਵੀ ਗੁਰੂ ਦੇ ਚਰਨਾਂ ਵਿੱਚ ਬਹਿ ਕੇ ਇਹ ਖੁਸ਼ੀਆਂ ਮਨਾਉਣੀਆਂ ਨੇ ਦੋਨੇ ਮਹਾਂਪੁਰਸ਼ ਆਪਣੇ ਕੋਲ ਹੋਣਗੇ ਆਪਾਂ ਵੱਧ ਚੜ੍ਹ ਕੇ ਲਾਹਾ ਲੈਣਾ ਹੈ ਦੇਗ ਲੈ ਕੇ ਭਾਈ ਸਾਰੇ ਲੰਗਰ ਛੱਕ ਕੇ ਜਾਣਾ ਅੰਮ੍ਰਿਤ ਵੇਲੇ ਫਿਰਾ ਕੇ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਨੇ ਆਸਾ ਹੀ ਵਾਰ ਦਾ ਕੀਰਤਨ ਸਰਵਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਮੇਰਾ ਸਦਾ ਦਿਆਲਾ ਗੌੜੀ ਕਬੀਰ ਜੀ ਮਨ ਕਾ ਸੁਭਾਉ ਮਨ ਹੈ ਵਿਆਪੀ ਮਨ ਹੈ ਮਾਰ ਕਵਨ ਸਿੱਧ ਥਾਪੀ ਕਵਨ ਸੋ ਮੁਨ ਜੋ ਮਨ ਮਾਰੈ ਮਨ ਕੋ ਮਾਰ ਕਹੂ ਕਿਸ ਤਾਰੈ ਰਹਾਉ ਮਨ ਅੰਤਰ ਬੋਲੈ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੈ ਭਿਉ ਮਨ ਮਦ ਸੂਦਨ ਤ੍ਰਿਭਵਨ ਦਿਓ ਗੌੜੀ ਕਬੀਰ ਜੀ ਓਏ ਜੋਂਦੀ ਸਹਿ ਅੰਬਰ ਤਾਰੇ ਕਿਨੋ ਚੀਤੇ ਚੀਤਨ ਹਾਰੇ ਕਹੋ ਰੇ ਪੰਡਿਤ ਅੰਬਰ ਕਾ ਸੋ ਲਾਗਾ ਬੂਜੈ ਬੂਦਨ ਹਾਰ ਸੋ ਭਾਗਾ ਰਹਾਉ ਸੂਰਜ ਚੰਦ ਕਰਹਿ ਉਜਿਆਰਾ ਸਮੈ ਪਸਰਿਆ ਬ੍ਰਹਮ ਪਸਾਰਾ ਕਹੋ ਕਬੀਰ ਜਾਣੇਗਾ ਸੋਏ ਹਿਰਦੇ ਰਾਮ ਮੁਖ ਰਾਮੈ ਹੋਏ ਗੌੜੀ ਕਬੀਰ ਜੀ ਵੇਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਆਈ ਆਪਣ ਨਗਰ ਆਪ ਤੇ ਵਾਧਿਆ ਮੋਹ ਕੈ ਫਾਦ ਕਾਲ ਸਰ ਸਾਧਿਆ ਰਹਾ ਕੱਟੀ ਨਾ ਕੱਟੈ ਧੂਟ ਨਹਿ ਜਾਏ ਸਾ ਸਾਪਨ ਹੋਏ ਜਗ ਕੋ ਖਾਏ ਹਮ ਦੇਖਤ ਜਿਨ ਸਭ ਜਗ ਲੁੱਟਿਆ ਕਹੋ ਕਬੀਰ ਮੈਂ ਰਾਮ ਕਹਿ ਛੁੱਟਿਆ ਗੌੜੀ ਕਬੀਰ ਜੀ
ਦੇਹ ਮੁਹਾਰ ਲਗਾਮ ਪਹਿਰਾਵੋ ਸਗਲ ਤਾਂ ਜੀਣ ਗਗਨ ਦੋਰਾਵੋ ਆਪਣੇ ਵਿਚਾਰ ਆ ਸਾਵਰੀ ਕੀਜੈ ਸਹਿਜ ਕਹਿ ਪਾਵੜੈ ਪੱਗ ਧਰ ਲਈ ਜ ਰਹਾਓ ਚੱਲ ਰੇ ਬੈਕੁੰਠ ਤੁਜੇ ਲੈ ਤਾਰੋ ਹਿਚਹਿ ਤੇ ਪ੍ਰੇਮ ਕਹਿ ਚਾਪ ਕੁਮਾਰੋ ਕਹਿਤ ਕਬੀਰ ਭਲੇ ਅਸਵਾਰਾ ਬੇਦ ਕਤੇ ਬਹੁਤੇ ਰਹੇ ਨਿਰਾਰਾ ਗੌੜੀ ਕਬੀਰ ਜੀ ਜਹਿ ਮੁੱਖ ਪਾਂਜੋ ਅੰਮ੍ਰਿਤ ਖਾਏ ਤੇ ਮੁੱਖ ਦੇਖ ਤਲੂ ਕੁਟ ਲਾਏ ਇੱਕ ਦੁੱਖ ਰਾਮ ਰਾਏ ਘਾਟੋਂ ਮੇਰਾ ਅਗਨ ਦਹੇ ਅਰ ਕਰਬ ਵਸੇਰਾ ਰਹਾਓ ਕਾਇਆ ਬੇਗੂਤੀ ਬਹੁ ਵਿਧ ਭਾਤੀ ਕੋ ਜਾਰੇ ਕੋ ਗੜ ਲੇ ਮਾਟੀ ਕਹੋ ਕਬੀਰ ਹਰ ਚਰਨ ਦਿਖਾਵੋ ਪਾਸ਼ੇ ਤੇ ਜਮ ਕਿਉਂ ਨਾ ਪਠਾਵੋ ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ ਜਾਰੇ ਖਸਮ ਤਾਰਾਖੇ ਕਵਨਾ ਰਾਮ ਜਪਤ ਤਨ ਜਰ ਕੀ ਨਾ ਜਾਏ ਰਾਮ ਨਾਮ ਚਿਤ ਰਹਿਆ ਸਮਾਏ ਰਹਾਓ ਕਾਕੋ ਜਰੇ ਕਾਏ ਹੋਏ ਹਾਨ ਨਾਟਕ ਪੱਟ ਖੇਲੈ ਸਾਰੰਗ ਪਾਨ ਕਹੋ ਕਬੀਰ ਅੱਖਰ ਦੋਏ ਭਾਖ ਹੋਏਗਾ ਖਸਮਤਾ ਲਏਗਾ ਰਾ ਗੌੜੀ ਕਬੀਰ ਜੀ ਦੋ ਪਦੇ ਨਾਮ ਜੋਗ ਧਿਆਨ ਚਿਤ ਲਾਇਆ ਬਿਨ ਬੈਰਾਗ ਨਾ ਛੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ ਰਾਮ ਨਾਮ ਅਧਾਰਾ ਰਹਾ ਕਹੋ ਕਬੀਰ ਖੋਜੋ ਅਸਮਾਨ ਰਾਮ ਸਮਾਨ ਨਾ ਦੇਖੋ ਆਨ ਗੌੜੀ ਕਬੀਰ ਜੀ ਜੈ ਸਿਰ ਰਚ ਰਚ ਧਾਗਤ ਪਾਗ ਸੋ ਸਿਰ ਚੁੰਚ ਸਵਾਰੈ ਕਾਗ ਇਸ ਤਨ ਧਨ ਕੋ ਕਿਆ ਅੰਗਰ ਬਈਆ ਰਾਮ ਨਾਮ ਕਾਹੇ ਨਾ ਦ੍ਰਿੜਿਆ ਰਹਾਓ ਕਹਿਤ ਕਬੀਰ ਸੁਣੋ ਮਨ ਮੇਰਾ ਇਹੀ ਹਵਾਲ ਹੋਏਂਗੇ ਤੇਰੇ ਗੌੜੀ ਗੁਆਰਰੀ ਕੇ ਪਦੈ ਪਤੀਸਰਾ ਗੌੜੀ ਗੁਆਰਰੀ ਅਸ਼ਟਪਦੀ ਕਬੀਰ ਜੀ ਏਕੋ ਓੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵੈ ਸੋ ਸੁਖ ਹਮਹੁ ਨਾ ਮੰਗਿਆ ਭਾਵੈ ਵਿਖਿਆ ਜਹੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਾਵ ਇਸ ਸੁਖ ਤੇ ਸਿਵ ਬ੍ਰਹਮੰਡ ਰਾਨਾ ਸੋ ਸੁਖ ਹਮਹੁ ਸਾਚ ਕਰ ਜਾਨਾ ਸਨਕਾਦਿਕ ਨਾਰਦ ਮਨ ਸੇਖਾ ਤਿਨ ਪੀ ਤਨ ਮੈਂ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੈ ਮਨ ਕਹਾ ਸਮਾਈ ਗੁਰਪ੍ਰਸਾਦੀ ਜੈ ਦਿਓ ਨਾਮਾ ਭਗਤ ਕੈ ਪ੍ਰੇਮ ਇਨਹੀ ਹੈ ਜਾਨਾ ਇਸ ਮਨ ਕਉ ਨਹੀਂ ਆਵਣ ਜਾਣਾ ਜਿਸ ਕਾ ਪਰਮ ਗਿਆ ਤਿਨ ਸਾਚ ਪਛਾਨਾ ਇਸ ਮਨ ਕੋ ਰੂਪ ਨ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੈ ਪਿਓ ਇਹ ਮਨ ਲੈਣ ਲਏ ਸੁਖ ਦਿਓ ਜਿਉ ਇਹ ਕਰ ਸਗਲ ਸਰੀਰਾ ਇਸ ਮਨ ਕੋ ਰਬ ਰਹੇ ਕਬੀਰਾ ਗੌੜੀ ਗਵਾਰੇਰੀ ਅਹਿੰਸ ਏਕ ਨਾਮ ਜੋ ਜਾਗੈ ਕੇਤਕ ਸਿੱਧ ਭਲੇ ਰਿਵ ਲਾਗੇ ਰਹਾਉ ਸਾਧਕ ਸਿੱਧ ਸਗਲ ਮਨਹਾਰੇ ਏਕ ਨਾਮ ਕਲਪਤਾ ਤਾਰੇ ਜੋ ਹਰ ਹਰੇ ਸੋ ਹੋਏ ਹੈ ਅੰਨਾ ਕਹਿ ਕਬੀ